ਜੋ ਅੱਜ ਦਾ ਇਹ ਪ੍ਰੋਗਰਾਮ ਹੈ ਇਹ ਸਾਡੀ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਤੁਹਾਡੇ ਦੁਆਰ ਕੈਂਪ ਲਗਾਇਆ ਗਿਆ ਹੈ ਜਿਸ ਦੇ ਵਿੱਚ ਸਾਰੀਆਂ ਸੁਵਿਧਾਵਾਂ ਨੇ ਸਾਰੇ ਡਿਪਾਰਟਮੈਂਟਾਂ ਦੇ ਅਫਸਰ ਸਾਹਿਬਾਨ ਬੈਠੇ ਨੇ ਜਿਵੇਂ DDP ਹੋ ਗਿਆ ਜੀ, CDPO ਹੋ ਗਿਆ, ਤਹਿਸੀਲਦਾਰ ਸਾਹਿਬ ਹੋ ਗਏ, ਸੁਵਿਧਾ ਕੇਂਦਰ ਹੋ ਗਿਆ, ਬਿਜਲੀ ਬੋਰਡ ਹੋ ਗਿਆ, ਅਤੇ ਆਪਣੀ ਮਾਰਕੀਟ ਕਮੇਟੀ ਦੇ ਬੰਦੇ ਹੋ ਗਏ ਅਤੇ ਆਪਣਾ ਮਿਊਨਸਪਲ ਕਮੇਟੀ ਦੇ ਅਫਸਰ ਸਾਹਿਬਾਨ ਸਾਰੇ ਆਪੋ ਆਪਣੇ ਡਿਪਾਰਟਮੈਂਟਾਂ ਦੇ ਅਫਸਰ ਬੈਠ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ ਅਤੇ ਉਹਨਾਂ ਦੇ ਮੁਸ਼ਕਲਾਂ ਦੇ ਆਧਾਰ 'ਤੇ ਕੰਮ ਕਰ ਰਹੇ ਨੇ। ਕੁਛ ਲੋਕ ਜਿਹੜੇ ਹੈਗੇ ਨੇ ਸੰਤੁਸ਼ਟ ਨਹੀਂ ਨਜ਼ਰ ਆ ਰਹੇ, ਉਹ ਕਹਿੰਦੇ ਕਿ ਹਜੇ ਤੱਕ ਸਾਡੀ ਸੁਣਵਾਈ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਪਾਣੀ ਦੀ ਸਮੱਸਿਆ ਆਪਣੇ ਲੰਬੇ ਸਮੇਂ ਤੋਂ ਆ ਰਹੀ ਹੈਗੀ, ਇੱਧਰ ਕੌੜੀਆ ਰੋਡ 'ਤੇ ਹਜੇ ਤੱਕ ਉਹ ਲੋਕ ਜਿਹੜੇ ਪਾਣੀ ਕਹਿੰਦੇ ਬਹੁਤ ਪਰੇਸ਼ਾਨੀ ਨਾਲ ਹੋ ਰਹੇ ਨੇ। ਅੱਜ ਜੋ ਲੋਕ ਸਮੱਸਿਆ ਕਹਿ ਰਹੇ ਨੇ ਉਹ ਬਿਲਕੁਲ ਜਾਇਜ਼ ਹੈ, ਉਹ ਕੁਦਰਤੀ ਆਫਤ ਹੈ ਜੀ। ਜੋ ਸਾਡੀ ਸਟੇਡੀਅਮ ਵਾਲੀ ਮੋਟਰ ਹੈ ਵਾਟਰ ਸਪਲਾਈ ਦੀ, ਸੀਵਰੇਜ ਬੋਰਡ ਦੀ, ਉਹ ਖਰਾਬ ਹੋ ਚੁੱਕੀ, ਤਕਰੀਬਨ 10-12 ਦਿਨ ਹੋ ਗਏ। ਅਸੀਂ ਮਿਸਤਰੀਆਂ ਦਾ ਪ੍ਰਬੰਧ ਕਰ ਲਿਆ, ਬੋਰ ਨਵਾਂ ਲਗਾ ਰਹੇ ਹਾਂ, ਬਹੁਤ ਜਲਦੀ ਪਾਣੀ ਦੀ ਸਪਲਾਈ ਸ਼ਹਿਰ ਵਾਸੀਆਂ ਨੂੰ ਨਿਰਵਿਘਨ ਦਿੱਤੀ ਜਾਵੇਗੀ। ਬਾਕੀ ਅਸੀਂ ਦੂਜੇ 4 ਮੋਟਰਾਂ ਦੇ ਮਤਲਬ ਜੋ ਪਾਣੀ ਆ ਰਿਹਾ ਉਹ ਵੀ ਬਾਲ ਬੰਦ ਕਰਕੇ ਸ਼ਹਿਰ ਵੱਲ ਭੇਜ ਰਹੇ ਹਾਂ। ਜਿੰਨਾ ਕੁ ਕੰਮ ਹੋ ਰਿਹਾ ਵੱਧ ਤੋਂ ਵੱਧ ਸਰਕਾਰ ਅਤੇ ਸਾਡੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ। ਜਿੱਥੇ ਵੀ ਪਾਣੀ ਦੀ ਨਹੀਂ ਪਹੁੰਚ ਰਿਹਾ ਉੱਥੇ ਅਸੀਂ ਟੈਂਕਰਾਂ ਰਾਹੀਂ ਇਕੱਲੇ ਇਕੱਲੇ ਮੁਹੱਲੇ ਦੇ ਵਿੱਚ, ਗਲੀ ਦੇ ਵਿੱਚ ਪਾਣੀ ਪਹੁੰਚਾ ਰਹੇ ਹਾਂ। ਜੇ ਕਿਸੇ ਵੀਰ ਨੂੰ ਸਮੱਸਿਆ ਹੈ ਸ਼ਹਿਰ ਵਾਸੀ ਨੂੰ ਸਾਡਾ ਸੰਪਰਕ ਕਰ ਸਕਦਾ, ਉੱਥੇ ਅਸੀਂ ਟੈਂਕਰ ਖੁਦ ਆਪ ਲੈ ਕੇ ਜਾਵਾਂਗੇ, ਉਹਨਾਂ ਦੀ ਸਮੱਸਿਆ ਦਾ ਹੱਲ ਕਰਾਂਗੇ। ਜਿਵੇਂ ਤੁਸੀਂ ਸ਼ਹਿਰ ਦੇ ਇੱਕ ਨੁਮਾਇੰਦੇ ਹੋਣ ਦੇ ਨਾਤੇ, ਪ੍ਰਧਾਨ ਹੋਣ ਦੇ ਨਾਤੇ, ਕਿਸੇ ਅਧਿਕਾਰੀ ਨੂੰ ਵੀ ਚੈੱਕ ਕਰ ਦਿਓ ਕਿਤੇ ਕੋਈ ਉਹਦੀ ਅਣਗਹਿਲੀ ਕਰਕੇ ਤਾਂ ਨਹੀਂ ਲੋਕਾਂ ਨੂੰ ਕੋਈ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ? ਹਾਂ ਬਿਲਕੁਲ ਕਰ ਰਹੇ ਹਾਂ ਜੀ। ਅਸੀਂ ਸੀਵਰੇਜ ਬੋਰਡ ਦੇ ਜੇਈ ਸਾਹਿਬ, ਜੇਈ ਸਾਹਿਬਾਨ, SDO ਸਾਹਿਬਾਨ ਅਤੇ ਐਕਸੀਅਨ ਸਾਹਿਬਾਨ ਨਾਲ ਮਿਲ ਕੇ ਖੁਦ ਮੀਟਿੰਗ ਕੀਤੀ ਹੈ SDM ਸਾਹਿਬ ਦੇ ਨਾਲ ਇਸ ਵਿਸ਼ੇ ਦੇ ਉੱਤੇ, ਪਾਣੀ ਸਮੱਸਿਆ ਕਰਕੇ ਉਹ ਮੋਟਰ ਖਰਾਬ ਹੋਣ ਦੇ ਕਾਰਨ ਸਮੱਸਿਆ ਆਈ ਹੈ। ਦਰਅਸਲ ਪਹਿਲਾਂ ਕੋਈ ਸਮੱਸਿਆ ਨਹੀਂ ਸੀ ਔਰ ਬਾਅਦ 'ਚ ਕੋਈ ਸਮੱਸਿਆ ਨਹੀਂ ਆਵੇਗੀ। ਇੱਕ ਜਿਹੜਾ ਹੈਗਾ ਕਿ ਮੰਡੀ ਦੇ ਵਿੱਚ ਵੀ ਜਿਹੜਾ ਮਾਰਕੀਟ ਕਮੇਟੀ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸੀਵਰੇਜ ਦੀਆਂ ਆਉਂਦੀਆਂ ਨੇ ਉਹਦੀ ਸਫਾਈ ਨਹੀਂ ਕਰਾਈ ਜਾ ਰਹੀ, ਜਿਹਦੇ ਕਾਰਨ ਹੈਗਾ ਪਹਿਲੀਆਂ ਬਰਸਾਤਾਂ ਦੇ ਵਿੱਚ ਮੰਡੀ ਹੈ ਜਿਹੜੀ ਪੂਰੀ ਪਾਣੀ ਨਾਲ ਭਰ ਗਈ, ਇਸ ਦੇ ਉੱਪਰ ਵੀ ਕੋਈ ਵਿਸ਼ੇਸ਼ ਧਿਆਨ ਦਿੱਤਾ ਜਾਊਗਾ? ਹਾਂ ਬਿਲਕੁਲ ਜੀ, ਅਸੀਂ ਸਫਾਈ ਕਰਾਈ ਹੈ ਜੀ ਹੋਦੀ ਨੂੰ। ਬਿਲਕੁਲ ਕੱਲ੍ਹ ਬੰਦੇ ਪਰਸੋਂ ਬੰਦੇ ਲਗਾਏ ਸੀ, ਮੈਂ ਖੁਦ ਆਪਦੇ ਕੋਲ ਗਿਆ ਜੀ, ਸਫਾਈ ਹੋ ਰਹੀ ਹੈ ਹੋਦੀ ਨੂੰ, ਸਫਾਈ ਕਰਵਾਈ। ਜੋ ਘਰਾ ਪਰਸੋਂ ਮੀਂਹ ਪਿਆ ਉਹਦਾ ਪਾਣੀ ਬਿਲਕੁਲ ਪ੍ਰੋਪਰ ਮੰਡੀ 'ਚੋਂ ਨਿਕਲ ਗਿਆ ਜੀ, ਬਿਲਕੁਲ ਖਾਲੀ ਹੈ ਮੰਡੀ। ਇਹ ਕਾਰਨ ਕੀ ਹੈ ਜੀ? ਇਹ ਪੁਰਾਣੀਆਂ ਸਰਕਾਰਾਂ ਦੀਆਂ ਨਲਾਇਕੀਆਂ ਦੇ ਕਾਰਨ, ਆਮ ਆਪਣੀ ਪਿਛਲੀ ਸਰਕਾਰ ਸੀ ਕਾਂਗਰਸ ਦੀ ਸਰਕਾਰ, ਜੋ ਸੀਵਰੇਜ ਦੇ ਪੈਪ ਆਏ ਗਏ ਸੀਗੇ ਇਹਨਾਂ ਨੇ ਭੀੜੇ ਤੇ ਛੋਟੇ ਪਾਏ ਨੇ, ਉਹਦੇ ਕਾਰਨ ਉਹਨਾਂ ਦੇ ਨਲਾਇਕੀਆਂ ਕਾਰਨ ਸਾਨੂੰ ਇਹ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਅਦਰਵਾਈਜ਼ ਜੇ ਪਹਿਲੀ ਉਹਨਾਂ ਨੇ ਵਧੀਆ ਤੇ ਖੁੱਲੇ ਤਰੀਕੇ ਨਾਲ ਪੈਪ ਆਏ ਹੁੰਦੇ। ਮੇਰਾ ਨਾਮ ਹੈ ਜੀ ਨਰੇਸ਼ ਕੁਮਾਰ ਦੜਬਾ ਜੀ। ਨਰੇਸ਼ ਜੀ, ਕੀ ਕੰਮ ਆਏ ਤੇ ਤੁਸੀਂ ਕਿੱਥੇ ਆਏ ਹੋ? ਪੂਰੇ ਅਸੀਂ ਗੀਤਾ ਭਵਨ ਦੇ ਵਿੱਚ, ਸਾਨੂੰ ਪਤਾ ਲੱਗਿਆ ਸੀ ਵੀ ਉਹ ਲਾ ਰਹੇ ਨੇ ਵੀ ਸਰਕਾਰ ਤੁਹਾਡੇ ਦਰਬਾਰ, ਇੱਥੇ ਅਸੀਂ ਆਏ ਹਾਂ। ਇੱਥੇ ਆ ਕੇ ਸਾਡੀ ਕੋਈ ਸੁਣਵਾਈ ਨਹੀਂ ਹੋਈ, ਕੋਈ ਸਾਨੂੰ ਇੱਥੇ ਅਫਸਰ ਨਹੀਂ ਮਿਲਿਆ ਮੌਕੇ 'ਤੇ। ਜੇ ਕਿਸੇ ਨੂੰ ਪੁੱਛਿਆ ਤਾਂ ਤੁਸੀਂ ਉੱਥੇ ਵਗ ਜਾਓ ਜੀ, ਦਫ਼ਤਰ ਦੇ ਵਗ ਜਾਓ ਜੀ, ਉੱਥੇ ਤਾਂ ਪਹਿਲਾਂ ਵੀ ਅਸੀਂ ਗੇੜੇ ਕੱਢ ਰਹੇ ਤੇ ਹੁਣ ਵੀ ਗੇੜੇ ਕੱਢ ਰਹੇ ਹਾਂ, ਪੂਰੇ ਕੋਈ ਸੁਣਵਾਈ